ਪਟਵਾਰੀਆਂ ਨਾਲ ਪੇਚਾ ਪਿਆ ਹੋਇਆ ਮਾਨ ਸਾਹਿਬ ਜਦ ਪੰਜਾਬ ਸਰਕਾਰ ਦਾ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਟਵਾਰੀ ਜਾਂ ਪਟਵਾਰ ਯੂਨੀਅਨ ਜਿਸ ਤਰੀਕੇ ਨਾਲ ਇਸ ਵਾਰ ਲੜਾਈ ਲੜ ਰਹੀ ਹੈ ਇਹ ਕਹਾਣੀ ਅੱਗੇ ਵੱਧ ਸਕਦੀ ਹੈ ਔਰ ਭਗਵੰਤ ਮਾਨ ਦੇ ਹੁਣ ਉਨਾਂ ਨੂੰ ਪਛਾੜਨ ਲਈ ਇੱਕ ਅਹਿਮ ਫੈਸਲਾ ਕੀਤਾ ਕਿ ਨਵੇਂ ਪਟਵਾਰੀ ਜਿਹੜੇ ਨੇ ਉਹ ਭਰਤੀ ਕਰ ਲਏ ਜਾਣਗੇ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਅਸੀਂ ਤੁਸੀਂ ਕੰਮ ਛਡੋ ਹੜਤਾਲ ਕਰੋ ਤੇ ਇਹ ਫੈਸਲਾ ਸਰਕਾਰ ਦਾ ਹੋਏਗਾ ਕਿ ਤੁਹਾਨੂੰ ਦੁਬਾਰਾ ਕਲਮ ਫੜਾਉਣੀ ਹੈ ਕਿ ਨਹੀਂ ਇਸ ਤੇ ਆਪਾਂ ਜੇ ਗੱਲ ਕਰੀਏ ਦੇਖੋ ਗੱਲ ਇਹ ਹੈ ਕਿ ਟੋਟਲ ਪਟਵਾਰ ਯੂਨੀਅਨ ਦੇ ਬਤਵਕ 4716 ਅਸਾਮੀਆਂ ਨੇ ਪਟਵਾਰੀ ਦਾ ਪੰਜਾਬ ਚ ਤੇ ਕੰਮ ਕਿੰਨੇ ਕਰ ਰਹੇ ਨੇ 1593 ਇਹ ਹਰਵੀਰ ਸਿੰਘ ਢੀਂਟਸਾ ਪ੍ਰਧਾਨ ਜਿਹੜਾ ਪਟਵਾਰ ਯੂਨੀਅਨ ਦਾ ਦਾਅਵਾ ਹੈ ਦੂਜੇ ਪਾਸੇ ਮਾਨ ਸਾਹਿਬ ਨੇ ਕੱਲ ਕੀ ਕਿਹਾ ਕਿ 2037 ਅਸਾਮੀਆਂ ਜਿਹੜੀਆਂ ਅਸੀਂ ਨਵੀਆਂ ਪਟਵਾਰੀ ਦੀਆਂ ਭਰ ਰਹੇ ਆ ਮਾਨ ਸਾਹਿਬ ਕਹਿੰਦੇ ਕਿ ਅਸੀਂ ਸਾਮਨੀ ਲੋਕਾਂ ਦਾ ਸਫਰ ਹੋਣ ਦੇ ਨਾਲ ਲੋਕਾਂ ਦੇ ਕੰਮ ਨੂੰ ਦੇਖਦੇ ਹੋਏ ਇਹ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ 507 ਰਿਟਾਇਰ ਪਰ ਜਿਹੜੇ ਪਟਵਾਰੀ ਨੇ ਉਹਨਾਂ ਨੂੰ ਅੰਗੇਸ ਕਰ ਲਿਆ ਤੇ ਉਹਨਾਂ ਨੂੰ ਦੋ ਦੋ ਸਰਕਲ ਦੇ ਦਾਂਗੇ ਜਿਹੜੇ ਪਟਵਾਰ ਸਰਕਲ ਨੇ ਜਿਹਨੀਆਂ ਜਿਹੜਾ ਮਾਲ ਹਲਕੇ ਨੇ ਪੰਜਾਬ ਦੇ ਉਹ 1014 ਤਾ ਰਿਟਾਇਰਡ ਪਰ ਜਿਹੜੇ ਪਟਵਾਰੀਆਂ ਤੋਂ ਕੰਮ ਕਰਵਾ ਲਾਂਗੇ ਵੈਸੇ ਤੋਂ ਰੂਪਿੰਦਰ ਸਿਆ ਕਿ 3193 ਜਿਹੜੇ ਮਾਲ ਹਲਕੇ ਨੇ ਉਹਨਾਂ ਚ ਕੰਮ ਜਿਹੜਾ ਹੈ ਬੰਦ ਪਿਆ ਹੁਣ ਮਾਲਸਾਬ ਦੀ ਇੱਕ ਗੱਲ ਹੋਰ ਕਹੀ ਹੈ ਕਿ 741 ਪਟਵਾਰੀ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ 18 ਮਹੀਨਿਆਂ ਦੀ ਜਣੀ 1.5 ਸਾਲ ਦੀ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹਦੇ ਚ 15 ਮਹੀਨੇ ਉਹਨਾਂ ਨੇ ਆਪਣੀ ਸਖਲਾਈ ਪੂਰੀ ਕਰ ਲਈ ਹੈ। ਤੋਂ ਉਹਨਾਂ ਨੂੰ ਅਸੀਂ ਕੰਮ ਤੇ ਲਾਵਾਂਗੇ ਤੇ 710 ਹੋਰ ਨਵੇਂ ਜਿਹੜੇ ਪਟਵਾਰੀ ਦੇ ਉਹਨਾਂ ਦੀ ਭਰਤੀ ਦਾ ਕੰਮ ਸ਼ੁਰੂ ਕਰਤਾ ਜਾਂ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਾਂਗੇ। ਸੋ ਮਤਲਬ ਕਿ ਭਗਵੰਤ ਮਾਨ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਜਦੋਂ ਵੀ ਇਹ ਅਸੀਂ ਇਹਨਾਂ ਤੇ ਕੋਈ ਐਕਸ਼ਨ ਲੈਣੇ ਆ ਵੈਸੇ ਪਿਛਲੇ ਦਿਨਾਂ ਚ ਤਾਈ ਦੇਖਿਆ। ਜਦੋਂ ਵੀ ਕੋਈ ਐਕਸ਼ਨ ਹੁੰਦਾ ਸੀ ਮਾਰ ਮਹਿਕਮੇ ਦੇ ਪਟਵਾਰੀ ਨੈਬਸੀਲਾਰ ਤਹਿਸੀਲਦਾਰ ਉਹਨਾਂ ਦਾ ਇਕਾ ਵੀ ਬਹੁਤਾ ਇਕੱਠੇ ਹੋ ਜਾਂਦੇ ਸੀ ਲੋਕਾਂ ਦਾ ਕੰਮ ਸਫਰ ਕਰਦਾ ਸੀ ਤੋਂ ਇਸ ਕਰਕੇ ਸਰਕਾਰ ਨੂੰ ਜਿਹੜਾ ਹੈ ਆਪਣਾ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਜਾਂ ਲੈਣ ਤੋਂ ਬਾਅਦ ਸੋਚਣਾ ਪੈਂਦਾ ਸੀ ਵਾਪਸ ਕਰਨਾ ਪੈਂਦਾ ਸੀ ਇਸ ਵਾਰ ਭਗਵੰਤ ਮਾਨ ਨੇ ਜਿਹੜਾ ਦੂਜਾ ਤਰੀਕਾ ਸੋਚਿਆ ਕਿ ਜੇ ਤੁਸੀਂ ਇਹ ਕਰਦੇ ਹੋ ਤਾਂ ਅਸੀਂ ਤੁਹਾਡੀ ਗੱਲ ਹੀ ਮੰਨਣੀ ਤੇ ਵੈਸੇ ਇਹ ਜਿਹੜਾ ਚਾਰਜ ਹੈ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਜਿੱਥੇ ਇਹ ਪਟਵਾਰੀ ਲਾਏ ਜਾ ਰਹੇ ਨੇ ਜਾਂ ਲੋਨ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਲੱਗਣਗੇ ਉਦੋਂ ਦੇਖਾਂਗੇ ਬਾਕੀ ਗੱਲਾਂ ਤਾਂ ਇਹ ਉਹ ਮਾਲ ਹਲਕੇ ਨੇ ਜਿੱਥੇ ਪਹਿਲਾਂ ਕੋਈ ਪਟਵਾਰੀ ਨਹੀਂ ਹੈ ਇਹ ਗੱਲ ਵੀ ਸਹੀ ਹੈ ਕਿ ਵਾਧੂ ਕਮ ਦਿੱਤਾ ਜਾਂਦਾ ਸੀ ਤਾਂ ਹੁਣ ਵਾਧੂ ਕਮ ਦੀ ਬਜਾਏ ਉਹਨਾਂ ਨੂੰ ਜਿਹੜਾ ਹੈ ਹਰ ਇੱਕ ਹਲਕੇ ਦਾ ਪਟਵਾਰੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਪਟਵਾਰ ਯੂਨੀਅਨ ਹਲੇ ਵੀ ਇਹ ਕਹਿੰਦੀ ਹੈ ਕਿ ਨਹੀਂ 7500 ਪਟਵਾਰੀ ਹੋਣੇ ਚਾਹੀਦੇ ਨੇ ਹੁਣ 23 ਜ਼ਿਲ੍ਹੇ ਨੇ ਜੜੀਆਂ ਅਸਾਮੀਆਂ ਹੁਣ ਤੱਕ ਸੀ ਇਹ ਤਾਂ 12 ਜ਼ਿਲ੍ਹਿਆਂ ਤੋਂ ਚਲੀਆਂ ਆਉਂਦੀਆਂ ਨੇ 7500 ਪਟਵਾਰੀਆਂ ਦੀ ਰਿਕੁਆਇਰਮੈਂਟ ਹੈ ਪੰਜਾਬ 'ਚ ਜੇ ਸਹੀ ਤਰੀਕੇ ਨਾਲ ਕੰਮ ਚਲਾਉਣਾ ਹੈ ਤੇ ਦੂਜਾ ਦਾਵਾ ਕਰਦੇ ਨੇ ਸਾਡੀ ਤਾਂ ਮੰਗ ਹੀ ਇਹ ਸੀ ਜਿਹੜੀ ਤੁਸੀਂ ਮਾਨ ਸਰਬ ਕਰ ਰਹੇ ਨੇ ਸਾਡੀ ਦੂਜੀ ਮੰਗ ਬਾਰੇ ਵੀ ਕਹਿੰਦੇ ਪਟਵਾਰ ਯੂਨੀਅਨ ਕਹਿੰਦੀ ਉਹ ਵੀ ਤਾਂ ਦੱਸੋ ਤੁਸੀਂ ਜਿਹੜੇ 15 ਮਹੀਨੇ ਦੀ ਸਖਲਾਈ ਜਿਨ੍ਹਾਂ ਨੇ ਲਈ ਹੈ ਉਹਨਾਂ ਨੂੰ 167 ਰੁਪਏ ਡੇਲੀ ਦਿਨੇ ਉਹਨਾਂ ਦੀ ਪੂਰੀ ਤਨਖਾਹ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰੋ ਇਹ ਵੀ ਗੱਲ ਤੇ ਨਾਲ ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਫਿਰ ਇਹ ਕਹਿ ਕੇ ਆਪਣੀ ਗੱਲ ਤੇ ਅੜੇ ਹੋਏ ਨੇ ਕਿ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਕੁਝ ਵੀ ਹੋਵੇ ਇਹ ਜਿਸ ਤਰੀਕੇ ਨਾਲ ਇਹ ਲੜਾਈ ਅੱਗੇ ਵੱਧ ਰਹੀ ਹੈ ਪਟਵਾਰ ਯੂਨੀਅਨ ਜਾਂ ਪਟਵਾਰੀਆਂ ਦੀ ਤੇ ਸਰਕਾਰ ਦੀ ਇਹ ਫੈਸਲਾ ਕੋਣ ਹੋ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਿਰਣੇ ਹੋ ਜਾਣ ਕਿ ਕਿਉਂ ਪਟਵਾਰੀ ਹੁਣ ਤਾਂ ਉਹ ਕਹਿੰਦੇ ਨੇ ਕਿ ਸਾਡੇ ਕੋਲ ਬਾਧੂ ਕੰਮ ਹੈ ਅਸੀਂ ਆਪ ਜਿਹੜੇ ਬੰਦੇ ਰੱਖੇ ਹੁੰਦੇ ਨੇ ਉਹਨਾਂ ਨੂੰ ਆਪਦੇ ਪੱਲੇ ਥੋੜੀ ਦੇਣਾ ਹੈ ਲੋਕਾਂ ਤੋਂ ਲੈ ਕੇ ਦੇਣਾ ਤੇ ਫਿਰ ਜੇ ਹਰ ਇੱਕ ਪਟਵਾਰੀ ਦੀ ਡਿਊਟੀ ਹੋਏਗੀ ਤੇ ਫਿਰ ਆਪਦਾ ਕੰਮ ਕਰੇਗਾ वैसे भी मान साहब ने एक गल कहती कदे कह हु बायोमेट्रिक्स जेडी है बायोमेट्रिक मतलब ਤੁਹਾਨੂੰ ਫਰੇਦਰਸ਼ ਸੁਝਾਈਏ ਜਦੋਂ ਕੋਈ ਬੰਦਾ ਆਉਂਦਾ ਉਹਦਾ ਜਿਹੜਾ ਬਾਇਓਮੈਟ੍ਰਿਕ ਦਾ ਬਗੂਠਾ ਲਾਉਂਦਾ ਤੇ ਉਹਦਾ ਟਾਈਮ ਨੋਟ ਹੋ ਜਾਂਦਾ ਜਾਣ ਵਾਲੇ ਵੀ ਨੋਟ ਹੋ ਜਾਂਦਾ ਕਹਿੰਦੇ ਇਹ ਸਿਸਟਮ ਸ਼ੁਰੂ ਕਰਾਂਗੇ ਕਿੰਨਾ ਕਾਮਯਾਬ ਹੁੰਦਾ ਸਹੀ ਹੁੰਦਾ ਜਾਂ ਨਹੀਂ ਜੋ ਮਾਨਸਾਹਬ ਕਹਿੰਦੇ ਨੇ ਉਹ ਗੱਲ ਅਮਲੀ ਰੂਪ ਵਿੱਚ ਪੂਰੀ ਕਰਦੇ ਨੇ ਕਿ ਨਹੀਂ ਜਿਹੜੀ ਪਟਵਾਰੀਆਂ ਦੀ ਉਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਲੈ ਕੇ ਆਵਾਂਗੇ ਉਹ ਪੂਰੇ ਉਹਨਾਂ ਦੇ ਬਚਨ ਹੁੰਦੇ ਨੇ ਕਿ ਇਹ ਸਮਾਂ ਦੱਸੋ ਲੇਕਿਨ ਸਥਿਤੀ ਜਿਹੜੀ ਹੈ ਟਕਰਾਅ ਵਾਲੀ ਬਣੀ ਹੋਈ ਹੈ